ਜੀ ਆਇਆਂ ਨੂੰ ਪਿਆਰੇ ਵਿਦਿਆਰਥੀਓ, 10ਵੀਂ ਜਮਾਤ ਦੀ ਗਣਿਤ ਦੀ ਕਿਤਾਬ ਦਾ ਅਧਿਆਇ 10ਵਾਂ ਚੱਕਰ ਅਭਿਆਸ ਨੰਬਰ 10.2 ਤੇ ਇਸ ਅਭਿਆਸ ਦੇ ਅਗਲੇ 4 ਸਵਾਲ, ਚੌਥਾ, ਪੰਜਵਾਂ, ਛੇਵਾਂ ਤੇ ਸੱਤਵਾਂ ਅਸੀਂ ਇਸ ਵੀਡੀਓ ਵਿੱਚ ਕਰਾਂਗੇ। ਤੁਸੀਂ ਵੀਡੀਓ ਨੂੰ ਬੜੇ ਧਿਆਨ ਦੇ ਨਾਲ ਦੇਖੋ, ਸੁਣੋ ਤੇ ਸਮਝੋ, ਹੱਲ ਆਪਣੀ ਨੋਟਬੁੱਕ ਵਿੱਚ ਉਤਾਰ ਲਓ, ਪਰ ਮਗਰੋਂ ਦੀ ਇਹਨਾਂ ਸਵਾਲਾਂ ਨੂੰ ਬਿਨਾਂ ਦੇਖੇ ਆਪਣੇ ਆਪ ਕਰਨ ਦਾ ਅਭਿਆਸ ਵੀ ਜ਼ਰੂਰ ਕਰੋ। ਸੋ ਸ਼ੁਰੂ ਕਰੀਏ। ਅੱਗੇ ਵਧਣ ਤੋਂ ਪਹਿਲੇ ਪਿਆਰੇ ਵਿਦਿਆਰਥੀਓ, ਤੁਹਾਨੂੰ ਚੇਤਾ ਕਰਾ ਦੇਵਾਂ ਕਿ ਇਸੇ ਚੈਨਲ ਦੇ ਉੱਤੇ ਤੁਹਾਡੀਆਂ 10ਵੀਂ ਜਮਾਤ ਨਾਲ ਜੁੜੀਆਂ ਹੋਈਆਂ ਦੂਜੇ ਹੋਰ ਵਿਸ਼ਿਆਂ ਦੀਆਂ ਪਲੇਲਿਸਟਾਂ ਵੀ ਹਨ, ਤੁਸੀਂ ਉਹਨਾਂ ਨੂੰ ਵੀ ਜ਼ਰੂਰ ਦੇਖੋ। ਇੱਕ ਹੈਗੀ ਹੈ 10th ਮੈਥ ਨੋਟਸ, ਇੱਕ ਹੈਗੀ ਹੈ 10th ਸਾਇੰਸ, ਇੱਕ ਹੈਗੀ ਹੈ 10th ਇੰਗਲਿਸ਼ MCV, ਇੱਕ ਹੈਗੀ ਹੈ 10th ਇੰਗਲਿਸ਼ ਲਿਟਰੇਚਰ, ਇੱਕ ਹੈਗੀ ਹੈ 10th ਗ੍ਰੈਮਰ, ਇੱਕ ਹੈਗੀ ਹੈ ਗਣਿਤ ਦੇ ਸਿਧਾਂਤ ਤੇ ਇੱਕ ਹੈਗੀ ਹੈ ਮੈਥ ਸ਼ਾਰਟਕਟਸ ਐਂਡ ਟ੍ਰਿਕਸ। ਸੋ ਦੇਖੀਏ ਬੱਚੇ ਹੁਣ ਇਹ ਵਾਲਾ ਸਵਾਲ। ਸੋ ਚੌਥਾ ਸਵਾਲ ਹੈ, ਕਹਿੰਦੇ ਸਿੱਧ ਕਰੋ ਕਿ ਕਿਸੇ ਚੱਕਰ ਦੇ ਕਿਸੇ ਵਿਆਸ ਦੇ ਸਿਰਿਆਂ ਤੇ ਖਿੱਚੀਆਂ ਗਈਆਂ ਸਪਰਸ਼ ਰੇਖਾਵਾਂ ਸਮਾਂਤਰ ਹੁੰਦੀਆਂ ਹਨ। ਸੋ ਸਭ ਤੋਂ ਪਹਿਲੇ ਬੱਚੇ ਸਾਨੂੰ ਚਿੱਤਰ ਬਣਾਉਣਾ ਪਏਗਾ ਇਹਦਾ। ਸੋ ਇੱਕ ਚੱਕਰ ਹੈਗਾ, ਇਹਦਾ ਕੇਂਦਰ ਉਹ ਹੈਗਾ ਤੇ ਇਹਦਾ ਵਿਆਸ ਹੈਗਾ PQ। ਸੋ ਇੱਕ ਸਿਰਾ P ਹੈਗਾ, ਇੱਕ ਸਿਰਾ Q ਹੈਗਾ। ਸੋ P ਤੋਂ ਇੱਕ ਸਿਰੇ ਤੋਂ ਇੱਥੇ ਇੱਕ ਸਪਰਸ਼ ਰੇਖਾ AB ਖਿੱਚੀ ਗਈ ਹੈ, ਵਿਆਸ ਦੇ ਦੂਜੇ ਸਿਰੇ Q ਤੋਂ ਸਪਰਸ਼ ਰੇਖਾ CD ਖਿੱਚੀ ਗਈ ਹੈ, ਤੇ ਅਸੀਂ ਸਿੱਧ ਕਰਨਾ ਹੈ ਕਿ AB ਔਰ CD ਸਮਾਂਤਰ ਹੈਗੀਆਂ ਨੇ। ਸੋ ਇਹਨੂੰ ਸਿੱਧ ਕਰੀਏ। ਸੋ ਬੱਚੋ, ਚਿੱਤਰ ਇੱਥੇ ਵੀ ਤੁਹਾਡੇ ਲਈ ਬਣਿਆ ਤਾਂ ਕਿ ਤੁਹਾਨੂੰ ਗੱਲ ਨਾਲ ਦੇ ਨਾਲ ਸਮਝ ਆਉਂਦੀ ਜਾਵੇ। ਚਿੱਤਰ ਮੁਤਾਬਕ PQ ਕੇਂਦਰ O ਵਾਲੇ ਚੱਕਰ ਦਾ ਵਿਆਸ ਹੈ। PQ ਜਿਹੜਾ ਬੱਚਿਓ, ਕੇਂਦਰ O ਦੇ ਵਾਲੇ ਚੱਕਰ ਦਾ ਵਿਆਸ ਹੈ, ਠੀਕ ਹੈ। AB ਸਿਰੇ P ਤੇ ਖਿੱਚੀ ਸਪਰਸ਼ ਰੇਖਾ ਹੈ। ਸੋ AB ਇਹ ਸਿਰਾ P ਹੈ, ਜਿਹੜਾ PQ ਦਾ ਵਿਆਸ ਦਾ ਸਿਰਾ P, ਇਹਤੇ ਐਵਰੀ ਸਪਰਸ਼ ਰੇਖਾ ਹੈ, ਅਤੇ CD ਸਿਰੇ Q ਤੇ ਖਿੱਚੀ ਸਪਰਸ਼ ਰੇਖਾ ਹੈ। CD ਜਿਹੜੀ ਹੈ, ਜਿਹੜਾ ਸਿਰਾ Q ਹੈਗਾ, ਇਹਤੇ ਖਿੱਚੀ ਸਪਰਸ਼ ਰੇਖਾ ਹੈ। ਹੁਣ ਅਸੀਂ ਇਹਦਾ ਸਿੱਧ ਕਰਦੇ ਹਾਂ ਤੇ ਲਿਖਾਂਗੇ ਇਦਾਂ। ਇਹ ਸਿਧਾਂਤ ਵਿੱਚੋਂ ਵਾਰ-ਵਾਰ ਵਰਤੋਂ ਵਿੱਚ ਆ ਰਿਹਾ ਹੈ। ਪਹਿਲੇ ਜਿਹੜੇ 3 ਸਵਾਲ ਕੀਤੇ ਸੀ ਉਹਦੇ ਵਿੱਚ ਵੀ ਸਿਧਾਂਤੀ ਥਿਉਰਮ ਦੀ ਵਰਤੋਂ ਹੋਈ ਸੀ। ਸੋ ਤੁਹਾਨੂੰ ਮੈਂ ਉਦੋਂ ਵੀ ਤਾਕੀਦ ਕੀਤੀ ਸੀ ਕਿ ਤੁਸੀਂ ਇਸ ਵਾਕ ਨੂੰ ਚੰਗੀ ਤਰ੍ਹਾਂ ਕੰਠ ਕਰ ਲਓ। ਉਹ ਇਦਾਂ ਕਿ ਅਸੀਂ ਜਾਣਦੇ ਹਾਂ ਕਿ ਚੱਕਰ ਦੇ ਕਿਸੇ ਬਿੰਦੂ ਤੇ ਸਪਰਸ਼ ਰੇਖਾ ਸਪਰਸ਼ ਬਿੰਦੂ ਤੋਂ ਜਾਣ ਵਾਲੇ ਅਰਧ ਵਿਆਸ ਤੇ ਲੰਬ ਹੁੰਦੀ ਹੈ। ਹੁਣ ਇਹ ਸਪਰਸ਼ ਬਿੰਦੂ ਹੈ, ਇਹਦਾ ਮਤਲਬ ਕਿ ਜਿਹੜੀ ਸਪਰਸ਼ ਰੇਖਾ ਹੈਗੀ ਹੈ, ਇਹ ਤੋਂ ਜਿਹੜਾ ਕੇਂਦਰ ਵੱਲ ਜਾਏਗਾ, ਮਤਲਬ ਕਿ ਉਹਦੇ ਕੇਂਦਰ ਤੇ ਜਿਹੜੀ ਜੋੜਿਆ ਜਾਏਗਾ ਜਿਹਨੂੰ, ਤੇ ਉਹ ਇੱਥੇ ਕੀ ਹੋਏਗਾ, ਉਹ ਲੰਬ ਹੋਏਗੀ। ਕਿਸੇ ਬਿੰਦੂ ਤੇ ਸਪਰਸ਼ ਰੇਖਾ, ਕਿਸੇ ਬਿੰਦੂ ਤੇ, ਇਹ ਬਿੰਦੂ P ਹੈਗਾ, ਸਪਰਸ਼ ਰੇਖਾ ਜਿਹੜੀ ਹੈ ਸਪਰਸ਼ ਬਿੰਦੂ ਤੋਂ ਜਾਣ ਵਾਲੇ ਅਰਧ ਵਿਆਸ ਤੇ ਲੰਬ ਹੁੰਦੀ ਹੈ। ਸੋ ਸਪਰਸ਼ ਬਿੰਦੂ ਤੋਂ ਅਰਧ ਵਿਆਸ ਕਿਹੜਾ ਹੋਏਗਾ, ਜਿਹੜਾ P ਤੋਂ O ਤੱਕ ਜਾਏਗਾ। ਸੋ ਇਹ ਕੀ, ਇਹ ਲੰਬ ਹੋਏਗੀ। ਇਸੇ ਤਰ੍ਹਾਂ ਇਸ ਬਿੰਦੂ ਦੇ ਉੱਤੇ ਇੱਥੋਂ ਦੀ OQ ਜਿਹੜਾ ਅਰਧ ਵਿਆਸ ਹੈ, ਇਹ CD ਦੇ ਉੱਤੇ ਲੰਬ ਹੋਏਗਾ, ਠੀਕ ਹੈ। ਸੋ ਕੋਣ APO, APO ਬਰਾਬਰ CQO, 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 ਠੀਕ ਹੈ ਨਾ, ਬਰਾਬਰ 90 ਡਿਗਰੀ। ਲੰਬ ਦਾ ਮਤਲਬ 90 ਡਿਗਰੀ ਹੈ ਨਾ। ਅਤੇ APO ਜਮਾ CQO, 90 ਜਮਾ 90 ਕਿੰਨਾ ਹੋ ਜਾਏਗਾ, 180 ਡਿਗਰੀ। APO ਤੇ ਜਮਾ CQO ਜੇ ਜੋੜਾਂਗੇ, 90 ਜਮਾ 90 ਕਿੰਨਾ ਹੋ ਜਾਏਗਾ, 180 ਡਿਗਰੀ ਹੋ ਜਾਏਗਾ। ਹੁਣ ਬੱਚੋ ਚੇਤਾ ਕਰੋ ਜੋ ਅਸੀਂ 7ਵੀਂ 8ਵੀਂ ਜਮਾਤ ਵਿੱਚ ਪੜ੍ਹਿਆ, ਨਾਲੇ ਫਿਰ ਲਿਖਾਂਗੇ, ਜੇਕਰ ਕਾਟਵੀਂ ਰੇਖਾ ਦੇ ਇੱਕੋ ਪਾਸੇ ਦੇ ਅੰਦਰਲੇ ਕੋਣ ਸੰਪੂਰਕ ਹੋਣ। ਸੰਪੂਰਕ ਕੋਣ ਕਿਹੜੇ ਹੁੰਦੇ ਨੇ ਬੱਚਿਓ, ਸੰਪੂਰਕ ਕੋਣ ਉਹ ਹੁੰਦੇ ਨੇ ਜਿਨ੍ਹਾਂ ਦਾ ਜੋੜ 180 ਡਿਗਰੀ ਹੁੰਦਾ ਹੈ। ਹੁਣ ਬੱਚੇ, ਇਹ PQ ਅਰਧ ਵਿਆਸ ਹੈ ਤੇ ਨਾਲੇ ਇਹ ਕੀ, ਇਹ ਕਾਟਵੀਂ ਰੇਖਾ ਹੈਗਾ। ਕਿਉਂ, ਕਿਉਂਕਿ ਇਹ ਰੇਖਾ AB ਨੂੰ ਤੇ ਰੇਖਾ CD ਨੂੰ ਇਹਦਾ ਕੱਟਦੀ ਪਈ ਹੈ PQ। ਦੇਖੋ ਜੇ ਤਾਂ ਮੈਂ
ਪੀ ਕਿਊ ਨੂੰ ਵਧਾ ਦਵਾਂ ਖੱਬੇ ਅਤੇ ਸੱਜੇ, ਤੇ ਕੀ ਹੋ ਜਾਏਗਾ, ਰੇਖਾ ਏ ਬੀ ਨੂੰ ਤੇ ਰੇਖਾ ਸੀ ਡੀ ਨੂੰ ਰੇਖਾ ਪੀ ਕਿਊ ਕੱਟੇਗੀ, ਕੱਟਦੀ ਪਈ ਹੈ, ਭਾਵ ਪੀ ਕਿਊ ਰੇਖਾ ਏ ਬੀ ਅਤੇ ਰੇਖਾ ਸੀ ਡੀ ਲਈ ਇੱਕ ਕਾਟਵੀਂ ਰੇਖਾ ਹੈ। ਤੇ ਬੱਚੋ ਅਸੀਂ ਪੜ੍ਹ ਚੁੱਕੇ ਹਾਂ ਕਿ ਜੇ ਕਾਟਵੀਂ ਰੇਖਾ ਦੇ ਇੱਕੋ ਪਾਸੇ ਦੇ ਕੋਣ, ਇੱਕੋ ਪਾਸਾ ਬਣੇ ਹੁਣ ਇਹਦਾ ਉੱਪਰਲਾ ਪਾਸਾ ਹੋ ਗਿਆ ਇੱਕ ਪਾਸਾ, ਥੱਲੜਾ ਪਾਸਾ ਇੱਕ ਪਾਸਾ ਹੋ ਗਿਆ, ਇਹ ਵੀ 90 ਡਿਗਰੀ ਹੈਗਾ ਤੇ ਇਹ ਵੀ 90 ਡਿਗਰੀ ਹੈਗਾ, ਅੰਦਰਲੇ ਕੋਣ ਇਹਦੇ ਅੰਦਰ ਇਹ ਵਾਲਾ ਕੋਣ ਹੈ ਤੇ ਇਹਦੇ ਅੰਦਰ ਇਹ ਵਾਲਾ ਕੋਣ ਹੈ। ਸੋ ਜੇਕਰ ਕਾਟਵੀਂ ਰੇਖਾ ਦੇ ਇੱਕੋ ਪਾਸੇ ਦੇ ਅੰਦਰਲੇ ਕੋਣ ਸੰਪੂਰਕ ਹੋਣ ਤਾਂ ਕੱਟੀਆਂ ਗਈਆਂ ਦੋ ਰੇਖਾਵਾਂ ਸਮਾਂਤਰ ਹੁੰਦੀਆਂ ਹਨ। ਇਹ ਗੱਲ ਨੂੰ ਵੀ ਚੰਗੀ ਤਰ੍ਹਾਂ ਕੰਠ ਕਰ ਲਓ, ਔਰ ਅਸੀਂ ਇਹ ਛੋਟੀ ਜਮਾਤਾਂ ਵਿੱਚ ਪੜ੍ਹ ਚੁੱਕੇ ਹਾਂ। ਸੋ ਬੱਚਿਓ ਇਹ ਦੋ ਕੋਣ ਸੰਪੂਰਕ ਨੇ, ਇਹ ਵਾਲਾ ਤੇ ਇਹ ਵਾਲਾ, ਏ ਪੀ ਓ ਤੇ ਸੀ ਕਿਊ ਓ, ਇਹ ਇੱਕੋ ਪਾਸੇ ਦੇ ਕਾਟਵੀਂ ਰੇਖਾ ਦੇ ਅੰਦਰਲੇ ਕੋਣ ਨੇ। ਸੋ ਇਸ ਤਰ੍ਹਾਂ ਇਹ ਸਿੱਧ ਹੁੰਦਾ ਹੈ ਕਿ ਏ ਬੀ ਸਮਾਂਤਰ ਸੀ ਡੀ, ਭਾਵ ਏ ਬੀ ਅਤੇ ਸੀ ਡੀ ਦੋਨੋਂ ਭਾਵ ਕਿਸੇ ਚੱਕਰ ਦੇ ਵਿਆਸ ਦੇ ਦੋ ਸਿਰਿਆਂ ਦੇ ਖਿੱਚੀਆਂ ਗਈਆਂ ਸਪਰਸ਼ ਰੇਖਾਵਾਂ ਸਮਾਂਤਰ ਹੁੰਦੀਆਂ ਹਨ। ਆਓ ਹੁਣ ਅਗਲਾ ਸਵਾਲ ਦੇਖੀਏ। ਅਗਲਾ ਸਵਾਲ ਹੈ ਬੱਚੋ, ਸਿੱਧ ਕਰੋ ਕਿ ਸਪਰਸ਼ ਬਿੰਦੂ ਤੋਂ ਸਪਰਸ਼ ਰੇਖਾ ਤੇ ਖਿੱਚਿਆ ਗਿਆ ਲੰਬ ਚੱਕਰ ਦੇ ਕੇਂਦਰ ਤੋਂ ਹੋ ਕੇ ਜਾਂਦਾ ਹੈ। ਠੀਕ ਹੈ, ਆਓ ਇਸ ਸਵਾਲ ਨੂੰ ਦੇਖੀਏ ਕਿੱਦਾਂ ਕਰੀਏ। ਸੋ ਇਹ ਚੱਕਰ ਬਣਾ ਲਿਆ ਬੱਚਿਓ, ਇਹ ਇਹਦਾ ਕੇਂਦਰ ਹੈਗਾ ਓ, ਤੇ ਇਹ ਸਪਰਸ਼ ਰੇਖਾ ਹੈਗੀ ਏ ਬੀ, ਇਹ ਡੀ ਸਪਰਸ਼ ਬਿੰਦੂ ਹੈ ਤੇ ਇੱਥੋਂ ਦੀ ਲੰਬ ਖਿੱਚ ਦਿੱਤਾ ਆਪਾਂ ਸੀ ਡੀ। ਇਹ ਦੇਖੋ ਇੱਥੇ ਮੈਂ ਵੇਰਵਾ ਦਿੱਤਾ, ਚਿੱਤਰ ਵਿੱਚ ਏ ਬੀ ਸਪਰਸ਼ ਰੇਖਾ ਹੈ, ਏ ਬੀ ਸਪਰਸ਼ ਰੇਖਾ ਹੈ ਅਤੇ ਡੀ ਸਪਰਸ਼ ਬਿੰਦੂ ਹੈ, ਡੀ ਸਪਰਸ਼ ਬਿੰਦੂ ਹੈ। ਸਪਰਸ਼ ਬਿੰਦੂ ਡੀ ਤੋਂ ਲੰਬ ਸੀ ਡੀ ਖਿੱਚੋ। ਸੋ ਸਪਰਸ਼ ਬਿੰਦੂ ਡੀ ਤੋਂ ਅਸੀਂ ਲੰਬ ਸੀ ਡੀ ਖਿੱਚ ਦਿੱਤਾ। ਸੋ ਕੋਣ ਸੀ ਡੀ ਬੀ ਬਰਾਬਰ 90 ਡਿਗਰੀ, ਕੋਣ ਸੀ ਡੀ ਬੀ ਬਰਾਬਰ 90 ਡਿਗਰੀ, ਕਿਉਂਕਿ ਲੰਬ ਜਿਹੜਾ ਹੈ 90 ਡਿਗਰੀ ਬਣਾਉਂਦਾ ਹੈ। ਹੁਣ ਮੰਨ ਲਓ ਕਿ ਲੰਬ ਸੀ ਡੀ ਚੱਕਰ ਦੇ ਕੇਂਦਰ ਓ ਤੋਂ ਹੋ ਕੇ ਨਹੀਂ ਜਾਂਦਾ, ਕਿਉਂਕਿ ਇਹ ਸਿੱਧ ਕਰਨਾ ਹੈ ਕਿ ਜੇ ਸਪਰਸ਼ ਬਿੰਦੂ ਤੇ ਖਿੱਚਿਆ ਗਿਆ ਲੰਬ ਕੇਂਦਰ ਤੋਂ ਹੋ ਕੇ ਜਾਏਗਾ, ਤੇ ਅਸੀਂ ਮੰਨ ਲੈਂਦੇ ਹਾਂ ਕਿ ਉਹ ਕੇਂਦਰ ਤੋਂ ਹੋ ਕੇ ਨਹੀਂ ਜਾਂਦਾ ਤੇ ਕੇਂਦਰ ਤੋਂ ਪਰੇ ਹੋ ਕੇ ਜਾਂਦਾ ਤੇ ਕੇਂਦਰ ਓ ਲੰਬੇ ਰਹਿ ਜਾਂਦਾ ਹੈ। ਸੋ ਅਸੀਂ ਮੰਨਿਆ ਕਿ ਕੇਂਦਰ ਓ ਇੱਥੇ ਹੈਗਾ ਤੇ ਲੰਬ ਖਿੱਚਿਆ ਗਿਆ ਕੇਂਦਰ ਤੋਂ ਪਰੇ ਹੋ ਕੇ ਜਾ ਰਿਹਾ ਹੈ। ਠੀਕ ਹੈ ਨਾ, ਅਸੀਂ ਇਹਨੂੰ ਉਲਟਾ ਮੰਨਾਂਗੇ ਤੇ ਵੀ ਸਿੱਧ ਕਰਾਂਗੇ ਕਿ ਸਾਡੀ ਮਨੌਤ ਗਲਤ ਹੈਗੀ ਹੈ। ਹੁਣ ਕਹਿੰਦੇ ਸਪਰਸ਼ ਬਿੰਦੂ ਡੀ ਅਤੇ ਚੱਕਰ ਦੇ ਕੇਂਦਰ ਓ ਨੂੰ ਜੋੜੋ। ਸੋ ਸਪਰਸ਼ ਬਿੰਦੂ ਡੀ ਅਤੇ ਕੇਂਦਰ ਦੇ ਕੇਂਦਰ ਓ ਨੂੰ ਜੋੜੋ। ਹੁਣ ਅਸੀਂ ਉਹਦਾ ਸਿਧਾਂਤ ਵਰਤਾਂਗੇ ਜਿਹੜਾ ਵਰਤਦੇ ਆਏ ਹਾਂ। ਅਸੀਂ ਜਾਣਦੇ ਹਾਂ ਕਿ ਚੱਕਰ ਦੇ ਕਿਸੇ ਬਿੰਦੂ ਤੇ ਸਪਰਸ਼ ਰੇਖਾ ਸਪਰਸ਼ ਬਿੰਦੂ ਤੋਂ ਜਾਣ ਵਾਲੇ ਅਰਧ ਵਿਆਸ ਤੇ ਲੰਬ ਹੁੰਦੀ ਹੈ। ਸੋ ਇਸ ਕਰਕੇ OD ਵੀ ਬਰਾਬਰ 90 ਡਿਗਰੀ। ਸੋ ਬੱਚੋ CDB ਤੇ 90 ਡਿਗਰੀ ਇਸ ਕਰਕੇ ਹੋਇਆ ਕਿ ਰਚਨਾ ਕਰਕੇ, ਕਿਉਂਕਿ ਅਸੀਂ ਲੰਬ ਖਿੱਚਿਆ ਤੇ OD ਵੀ 90 ਕਿਉਂ ਹੋ ਗਿਆ, OD ਵੀ 90 ਇਸ ਕਰਕੇ ਹੋ ਗਿਆ ਕਿਉਂਕਿ ਇਹ ਥਿਉਰਮ ਦੇ ਹਿਸਾਬ ਨਾਲ ਕਿ ਅਸੀਂ ਪੜ੍ਹ ਚੁੱਕੇ ਹਾਂ ਕਿ ਚੱਕਰ ਦੇ ਕਿਸੇ ਬਿੰਦੂ ਤੇ ਸਪਰਸ਼ ਰੇਖਾ ਸਪਰਸ਼ ਬਿੰਦੂ ਤੋਂ ਜਾਣ ਵਾਲੇ ਅਰਧ ਵਿਆਸ ਤੇ ਲੰਬ ਹੁੰਦੀ ਹੈ, ਇਸ ਕਰਕੇ ਕੋਣ OD ਵੀ ਬਰਾਬਰ 90 ਡਿਗਰੀ। ਹੁਣ ਅਸੀਂ ਦੇਖਦੇ ਹਾਂ ਕੋਣ CDB ਕਿੰਨੇ ਬਰਾਬਰ ਹੈਗਾ, CDO ਕੋਣ, ਕੋਣ CDO ਬਰਾਬਰ CDB ਘਟਾ ODB। ਸੋ ਕੋਣ CDO ਬਰਾਬਰ ਕੋਣ CDB ਘਟਾ ਕੋਣ ODB। ਸੋ ਇਹ ਵੀ 90 ਡਿਗਰੀ ਹੈ, ਤਾਂ 90 ਡਿਗਰੀ ਚੋਂ 90 ਡਿਗਰੀ ਘਟਾਇਆ ਬਰਾਬਰ ਸਿਫਰ, 0 ਡਿਗਰੀ ਆ ਗਿਆ। ਭਾਵ ਇਹਦਾ ਕੋਣ ਹੈਗਾ CDO ਇਹ ਕਿੰਨੇ, 0 ਡਿਗਰੀ ਹੈ। ਇਹਦਾ ਮਤਲਬ ਕੀ ਹੈ, ਉਹ ਇਹਦੇ ਉੱਤੇ ਟਿਕੀ ਹੋਈ ਹੈ। ਸੋ ਭਾਵ ਉਹ ਜੋ ਕਿ ਚੱਕਰ ਦਾ ਕੇਂਦਰ ਹੈ ਸੀ ਡੀ ਉੱਤੇ ਹੀ ਸਥਿਤ ਹੈ, ਜਾਂ ਸਪਰਸ਼ ਬਿੰਦੂ ਤੋਂ ਸਪਰਸ਼ ਰੇਖਾ ਤੇ ਖਿੱਚਿਆ ਗਿਆ ਲੰਬ ਚੱਕਰ ਦੇ ਕੇਂਦਰ ਤੋਂ ਹੋ ਕੇ ਜਾਂਦਾ ਹੈ। ਸੋ ਜਿਹੜੀ ਗੱਲ ਸਾਨੂੰ ਸਿੱਧ ਕਰਨ ਲਈ ਕੀ ਸੀ, ਉਹ ਅਸੀਂ ਇਸ ਢੰਗ ਦੇ ਨਾਲ ਸਿੱਧ ਕਰ ਦਿੱਤੀ। ਆਓ ਅਗਲਾ ਸਵਾਲ ਦੇਖੀਏ। ਅਗਲਾ ਸਵਾਲ ਹੈ ਬੱਚੋ, ਇੱਕ ਬਿੰਦੂ A ਤੋਂ ਜੋ ਇੱਕ ਚੱਕਰ ਦੇ ਕੇਂਦਰ ਤੋਂ 5 ਮੀਟਰ ਦੂਰੀ ਤੇ ਹੈ, 5 ਸੈਂਟੀਮੀਟਰ ਦੂਰੀ ਤੇ ਹੈ, ਚੱਕਰ ਦੇ ਸਪਰਸ਼ ਰੇਖਾ ਦੀ ਲੰਬਾਈ 4 ਸੈਂਟੀਮੀਟਰ ਹੈ,
ਚੱਕਰ ਦਾ ਅਰਧ ਵਿਆਸ ਪਤਾ ਕਰੋ। ਸੋ ਬੱਚੇ ਬਿੰਦੂ ਏ ਹੈਗਾ, ਇਹ ਕੇਂਦਰ ਆਰ ਤੋਂ 5 ਸੈਂਟੀਮੀਟਰ ਦੂਰ ਹੈਗਾ, ਸਪਰਸ਼ ਰੇਖਾ AP ਜਿਹੜੀ ਏ ਉਹ 4 ਸੈਂਟੀਮੀਟਰ ਏ, ਤੇ ਅਸੀਂ ਬੱਚਿਓ ਅਰਧ ਵਿਆਸ RP ਦਾ ਪਤਾ ਕਰਨਾ ਹੈ। ਆਓ ਦੇਖੀਏ। ਸੋ ਇੱਥੇ ਚਿੱਤਰ ਮੁਤਾਬਕ ਬਿੰਦੂ ਏ ਤੋਂ ਚੱਕਰ ਦੇ ਕੇਂਦਰ ਆਰ ਦੀ ਦੂਰੀ 5 ਸੈਂਟੀਮੀਟਰ ਹੈ ਅਤੇ ਸਪਰਸ਼ ਰੇਖਾ AP ਦੀ ਲੰਬਾਈ 4 ਸੈਂਟੀਮੀਟਰ ਹੈ ਅਤੇ ਅਰਧ ਵਿਆਸ PR ਬਰਾਬਰ ਅਸੀਂ ਪਤਾ ਲਗਾਉਣਾ ਹੈ, ਅਗਿਆਤ ਹੈਗਾ। ਹੁਣ ਫਿਰ ਬੱਚੇ ਉਹੀ ਸਿਧਾਂਤ ਹਾਲ ਤੱਕ ਅਸੀਂ ਵਰਤਦੇ ਆ ਰਹੇ ਹਾਂ, ਇੱਥੇ ਹੀ ਵਰਤਾਂਗੇ। ਅਸੀਂ ਜਾਣਦੇ ਹਾਂ ਕਿ ਚੱਕਰ ਦੇ ਕਿਸੇ ਬਿੰਦੂ ਤੇ ਸਪਰਸ਼ ਰੇਖਾ ਸਪਰਸ਼ ਬਿੰਦੂ ਤੋਂ ਜਾਣ ਵਾਲੇ ਅਰਧ ਵਿਆਸ ਦੇ ਲੰਬ ਹੁੰਦੀ ਹੈ, ਭਾਵ ARP ਇੱਕ ਸਮਕੋਣੀ ਤ੍ਰਿਭੁਜ ਹੈ। ਐੜਾ ਤ੍ਰਿਭੁਜ ਬਣਦਾ ਪਿਆ ਹੈ, ਇਹ ਸਮਕੋਣੀ ਤ੍ਰਿਭੁਜ ਹੈ ਜਿਸ ਵਿੱਚ ਕੋਣ RPA RPA ਬਰਾਬਰ 90 ਡਿਗਰੀ। ਤੇ ਬੱਚੋ ਜਿੱਥੇ 90 ਡਿਗਰੀ ਕੋਣ ਆ ਜਾਂਦਾ ਹੈ ਤ੍ਰਿਭੁਜ ਦੇ ਵਿੱਚ, ਉੱਥੇ ਫਿਰ ਅਸੀਂ ਕਿਹੜੀ ਥਿਉਰਮ ਵਰਤਦੇ ਹਾਂ? ਪਾਇਥਾਗੋਰਸ ਥਿਉਰਮ। ਹੁਣ ਪਾਇਥਾਗੋਰਸ ਥਿਉਰਮ ਮੁਤਾਬਕ AR ਦਾ ਵਰਗ ਜੋ ਜੋ ਕਿ ਕਰਨ ਹੈਗਾ ਬਰਾਬਰ ਦੋ ਭੁਜਾਵਾਂ ਜਿਹੜੀਆਂ ਬਾਕੀ ਬਚੀਆਂ ਉਹਨਾਂ ਦੇ ਵਰਗ ਦੇ ਜੋੜ ਦੇ ਬਰਾਬਰ ਹੁੰਦਾ ਹੈ, PR ਵਰਗ ਜਮਾਂ AP ਵਰਗ। ਸੋ ਅਸੀਂ PR ਪਤਾ ਕਰਨਾ ਹੈ। ਸੋ PR ਵਰਗ ਕਿਹਦੇ ਬਰਾਬਰ ਹੋ ਜਾਏਗਾ? AR ਵਰਗ ਘਟਾ AP ਵਰਗ। ਸੋ PR ਵਰਗ ਬਰਾਬਰ AR ਵਰਗ ਘਟਾ AP ਵਰਗ। AR ਕਿੰਨਾ ਹੈ? 5। ਸੋ 5 ਦਾ ਵਰਗ ਹੋ ਗਿਆ। AP ਕਿੰਨਾ ਹੈ? 4। ਸੋ 4 ਦਾ ਵਰਗ ਹੋ ਗਿਆ। 5 ਦਾ ਵਰਗ 25, 4 ਦਾ ਵਰਗ 16, 25 ਜੋ 16 ਗਿਆ 9, ਤੇ 9 ਨੂੰ ਅਸੀਂ 3 ਵਰਗ ਕਰਕੇ ਲਿਖ ਸਕਦੇ ਹਾਂ, 3 3 9। ਸੋ PR ਵਰਗ ਬਰਾਬਰ 3 ਦਾ ਵਰਗ। ਹੁਣ ਇਹ ਘਾਤ 2 ਤੇ ਇਹ ਘਾਤ 2 ਕੱਟ ਗਈ, ਇਹਦਾ ਮਤਲਬ ਕਿ PR ਬਰਾਬਰ 3। ਇਸ ਤਰ੍ਹਾਂ ਚੱਕਰ ਦਾ ਅਰਧ ਵਿਆਸ ਬਰਾਬਰ PR ਬਰਾਬਰ 3 ਸੈਂਟੀਮੀਟਰ। ਆਓ ਹੁਣ ਅਗਲਾ ਸਵਾਲ ਦੇਖੀਏ। ਅਗਲਾ ਸਵਾਲ ਹੈ ਬੱਚਿਓ, ਦੋ ਸਮਕੇਂਦਰੀ ਚੱਕਰਾਂ ਦੇ ਅਰਧ ਵਿਆਸ 5 ਸੈਂਟੀਮੀਟਰ ਤੇ 3 ਸੈਂਟੀਮੀਟਰ ਹਨ। ਸਮਕੇਂਦਰੀ ਕਿਹੜਾ ਹੁੰਦਾ ਹੈ ਬੱਚਿਓ? ਜਿਹੜੇ ਚੱਕਰਾਂ ਦਾ ਕੇਂਦਰ ਇੱਕ ਹੀ ਹੁੰਦਾ ਹੈ, ਭਾਵ ਇੱਥੇ ਮੈਂ O ਤੇ ਸੂਈ ਰੱਖੀ, ਪ੍ਰਕਾਰ ਇੰਨੀ ਖੋਲੀ, ਇੱਕ ਚੱਕਰ ਖਿੱਚ ਦਿੱਤਾ, ਫਿਰ ਮੈਂ ਪ੍ਰਕਾਰ ਵੱਡੀ ਕੀਤੀ ਤੇ ਫਿਰ ਚੱਕਰ ਇੱਕ ਹੋਰ ਪਾਤਾ, ਭਾਵ ਜਿਹੜੇ ਚੱਕਰਾਂ ਦਾ ਕੇਂਦਰ ਇੱਕ ਹੀ ਹੁੰਦਾ ਹੈ ਉਹਨਾਂ ਨੂੰ ਕਿਹਾ ਜਾਂਦਾ ਹੈ ਸਮਕੇਂਦਰੀ ਚੱਕਰ। ਭਾਵ ਮੈਂ ਇੱਥੇ ਸੂਈ ਰੱਖੀ, 3 ਸੈਂਟੀਮੀਟਰ ਪ੍ਰਕਾਰ ਖੋਲੀ ਤੇ ਇਹ ਚੱਕਰ ਬਣ ਗਿਆ, ਫਿਰ ਪ੍ਰਕਾਰ ਨੂੰ ਇੱਥੇ ਰਹਿਣ ਦਿੱਤਾ, ਸੂਈ ਨੂੰ 5 ਸੈਂਟੀਮੀਟਰ ਪ੍ਰਕਾਰ ਖੋਲੀ ਤੇ ਇੱਕ ਚੱਕਰ ਹੋਰ ਖਿੱਚ ਦਿੱਤਾ, ਠੀਕ ਹੈ। ਸੋ ਇਹ ਹੁੰਦਾ ਹੈ ਸਮਕੇਂਦਰੀ ਚੱਕਰ, ਜਿਨ੍ਹਾਂ ਦਾ ਕੇਂਦਰ ਇੱਕੋ ਹੀ ਹੁੰਦਾ ਹੈ। ਕਹਿੰਦੇ ਵੱਡੇ ਚੱਕਰ ਦੀ ਉਸ ਜੀਵਾ ਦੀ ਲੰਬਾਈ ਪਤਾ ਕਰੋ ਜੋ ਛੋਟੇ ਚੱਕਰ ਨੂੰ ਸਪਰਸ਼ ਕਰਦੀ ਹੋਵੇ। ਸੋ ਬੱਚੋ ਬੜਾ ਹੀ ਵਧੀਆ ਸਵਾਲ ਹੈ। ਹੁਣ ਬੱਚੋ ਦੇਖੋ, ਇਹ ਜੀਵਾ ਜਿਹੜੀ ਹੈ ਇਹ ਕਿਹੜੀ ਹੁੰਦੀ ਹੈ ਜੋ ਚੱਕਰ ਨੂੰ ਦੋ ਥਾਵਾਂ ਤੇ ਕੱਟਦੀ ਹੈ, ਇੱਥੇ A ਤੇ ਕੱਟਦੀ ਪਈ ਹੈ ਤੇ B ਤੇ ਕੱਟਦੀ ਪਈ ਹੈ, ਪਰ ਜਿਹੜਾ ਇਹ ਚੱਕਰ ਹੈ ਛੋਟਾ ਇਹਨੂੰ ਸਪਰਸ਼ ਕਰਕੇ ਜਾ ਰਹੀ ਹੈ, ਭਾਵ ਜਿਹੜੀ ਹੈ A ਵੀ ਹੈਗੀ ਹੈ, ਇਹ ਛੋਟੇ ਚੱਕਰ ਲਈ ਸਪਰਸ਼ ਰੇਖਾ ਹੈ ਤੇ ਵੱਡੇ ਚੱਕਰ ਲਈ ਉਹਦੀ ਜੀਵਾ ਹੈ। ਸੋ ਬੜਾ ਹੀ ਵਧੀਆ ਸਵਾਲ ਹੈ, ਆਓ ਦੇਖੀਏ ਹੁਣ ਕਿੱਦਾਂ ਹੱਲ ਕਰਦੇ ਹਾਂ। ਸੋ ਚੱਕਰ ਇੱਥੇ ਚਿੱਤਰ ਇੱਥੇ ਹੈਗਾ ਤੇ ਨਾਲ ਵੇਰਵਾ ਹੈ। ਚਿੱਤਰ ਮੁਤਾਬਕ ਉਹ ਦੋ ਸਮਕੇਂਦਰੀ ਚੱਕਰਾਂ ਦਾ ਕੇਂਦਰ ਹੈ, ਜੋ ਮੈਂ ਤੁਹਾਨੂੰ ਦੱਸਿਆ ਪਹਿਲੇ ਕਿ ਸਾਂਝਾ ਕੇਂਦਰ ਹੁੰਦਾ ਉਹਨਾਂ ਦਾ। OA ਬਰਾਬਰ 5 ਸੈਂਟੀਮੀਟਰ ਅਤੇ OP ਬਰਾਬਰ 3 ਸੈਂਟੀਮੀਟਰ ਚੱਕਰਾਂ ਦੇ ਅਰਧ ਵਿਆਸ ਹਨ। ਸੋ OP ਛੋਟੇ ਚੱਕਰ ਦਾ 3 ਸੈਂਟੀਮੀਟਰ ਅਤੇ OA ਵੱਡੇ ਚੱਕਰ ਦਾ ਅਰਧ ਵਿਆਸ 5 ਸੈਂਟੀਮੀਟਰ। AB ਛੋਟੇ ਚੱਕਰ ਲਈ ਸਪਰਸ਼ ਰੇਖਾ ਹੈ, AB ਇਹ ਛੋਟੇ ਚੱਕਰ ਲਈ ਸਪਰਸ਼ ਰੇਖਾ ਕਿਉਂਕਿ P ਤੇ ਸਪਰਸ਼ ਕਰਕੇ ਜਾ ਰਹੀ ਹੈ ਅਤੇ ਵੱਡੇ ਚੱਕਰ ਲਈ ਜੀਵਾ ਹੈ ਤੇ AB ਬਰਾਬਰ ਅਗਿਆਤ। ਇਹਨੂੰ ਅਸੀਂ ਲੱਭਣਾ ਹੈ ਵੀ AB ਦੀ ਲੰਬਾਈ ਕਿੰਨੀ ਹੈ। ਫਿਰ ਬੱਚੇ ਉਹੀ ਸਿਧਾਂਤ, ਅਸੀਂ ਜਾਣਦੇ ਹਾਂ ਕਿ ਚੱਕਰ ਦੇ ਕਿਸੇ ਬਿੰਦੂ ਤੇ ਸਪਰਸ਼ ਰੇਖਾ ਸਪਰਸ਼ ਬਿੰਦੂ ਤੋਂ ਜਾਣ ਵਾਲੇ ਅਰਧ ਵਿਆਸ ਤੇ ਲੰਬ ਹੁੰਦੀ ਹੈ, ਭਾਵ OAP ਇੱਕ ਸਮਕੋਣੀ ਤ੍ਰਿਭੁਜ ਹੈ। OAP ਸਮਕੋਣੀ ਤ੍ਰਿਭੁਜ ਹੈ ਜਿਸ ਵਿੱਚ OPA ਬਰਾਬਰ 90 ਡਿਗਰੀ। ਹੁਣ ਪਾਇਥਾਗੋਰਸ ਥਿਉਰਮ ਮੁਤਾਬਕ OA ਦਾ ਵਰਗ ਬਰਾਬਰ AP ਦਾ ਵਰਗ ਜਮਾ OP ਦਾ ਵਰਗ, ਠੀਕ ਹੈ ਬੱਚੋ। ਸੋ AP ਕਿਹਦੇ ਬਰਾਬਰ ਹੋ ਜਾਏਗਾ? AP ਦਾ ਵਰਗ ਹੋ ਜਾਏਗਾ, OA ਦਾ ਵਰਗ ਘਟਾ OP ਦਾ ਵਰਗ।
ਸੋ ਉਹ ਇਹ ਹੈਗਾ 5, 5 ਦਾ ਵਰਗ ਹੋ ਗਿਆ। ਉਹ ਪੀ ਹੈਗਾ 3, 3 ਦਾ ਵਰਗ ਹੋ ਗਿਆ। 5, 5, 25 ਤੇ 33, 9, 25 ਚੋਂ 9 ਗਿਆ 16, ਤੇ 16 ਨੂੰ ਮੈਂ 4 ਵਰਗ ਕਰਕੇ ਲਿਖ ਸਕਦਾ ਹਾਂ। ਸੋ ਏ ਪੀ ਵਰਗ ਕਿਹਦੇ ਬਰਾਬਰ ਹੋ ਗਿਆ? 4 ਵਰਗ ਦੇ ਬਰਾਬਰ। 2 ਘਾਤ ਤੇ 2 ਘਾਤ ਦੋਨੋਂ ਪਾਸੇ ਕੱਟ ਗਈ, ਜਾਂ ਏ ਪੀ ਬਰਾਬਰ 4। ਹੁਣ ਬੱਚੋ ਅਸੀਂ ਏ ਬੀ ਦੀ ਲੰਬਾਈ ਪਤਾ ਕਰਨੀ ਹੈ, ਸਾਨੂੰ ਏ ਪੀ ਦੀ ਲੰਬਾਈ ਮਿਲੀ। ਏ ਪੀ ਕਿੰਨੀ ਹੈ? 4 ਸੈਂਟੀਮੀਟਰ। ਆਓ ਦੇਖੀਏ ਏ ਬੀ ਦੀ ਲੰਬਾਈ ਕਿੱਦਾਂ ਪਤਾ ਕਰਦੇ ਹਾਂ। ਸੋ ਇੱਥੇ ਆ ਗਿਆ ਏ ਪੀ ਬਰਾਬਰ 4 ਸੈਂਟੀਮੀਟਰ ਆ ਗਿਆ ਸਾਡੇ ਕੋਲ। ਹੁਣ ਅਸੀਂ ਇਹ ਸਿਧਾਂਤ ਲਿਖਾਂਗੇ। ਅਸੀਂ ਇਹ ਵੀ ਜਾਣਦੇ ਹਾਂ ਕਿ ਚੱਕਰ ਦੀ ਜੀਵਾ ਤੇ ਚੱਕਰ ਦੇ ਕੇਂਦਰ ਤੋਂ ਖਿੱਚਿਆ ਗਿਆ ਲੰਬ ਜੀਵਾ ਨੂੰ ਸਮਦੁਭਾਜਿਤ ਕਰਦਾ ਹੈ। ਸੋ ਬੱਚਿਓ ਜੇ ਇਹ ਜੀਵਾ ਹੈਗੀ ਏ ਬੀ, ਇਹਦਾ ਕੇਂਦਰ ਉਹ ਹੈਗਾ, ਤੇ ਮੈਂ ਜੇ ਕੇਂਦਰ ਤੋਂ ਜਿਲੇ ਇੱਥੇ ਲੰਬ ਖਿੱਚਾਂਗਾ, ਤੇ ਜਿਹੜਾ ਲੰਬ ਹੈਗਾ ਇਹ ਜੀਵਾ ਨੂੰ ਸਮਦੁਭਾਜਿਤ ਕਰੇਗਾ, ਦੋ ਬਰਾਬਰ ਦੇ ਭਾਗਾਂ ਵਿੱਚ ਵੰਡੇਗਾ। ਸੋ ਲੰਬ ਓ ਪੀ ਜੀਵਾ ਏ ਬੀ ਨੂੰ ਸਮਦੁਭਾਜਿਤ ਕਰਦਾ ਹੈ। ਇਸ ਤਰ੍ਹਾਂ ਜੇ ਸਮਦੁਭਾਜਿਤ ਕਰਦਾ ਏ ਪੀ ਬਰਾਬਰ ਪੀ ਬੀ, ਤੇ ਜਾਂ ਮੈਂ ਵੀ ਕਹਿ ਸਕਦਾ ਏ ਬੀ ਬਰਾਬਰ 2 ਏ ਪੀ। ਸੋ ਏ ਬੀ ਕਿਹਦੇ ਬਰਾਬਰ ਹੋ ਜਾਏਗਾ? 2 ਗੁਣਾ ਏ ਪੀ। ਏ ਪੀ ਕਿੰਨਾ ਹੈ? 4। 2 ਗੁਣਾ 4 ਬਰਾਬਰ 8, ਭਾਵ ਵੱਡੇ ਚੱਕਰ ਦੀ ਜੀਵਾ ਦੀ ਲੰਬਾਈ ਬਰਾਬਰ ਏ ਬੀ ਬਰਾਬਰ 8 ਸੈਂਟੀਮੀਟਰ। ਸੋ ਐਸੀ ਪਿਆਰੇ ਵਿਦਿਆਰਥੀਓ, ਤੁਹਾਡੇ ਇਸ ਅਭਿਆਸ ਦੇ 4 ਸਵਾਲ। ਤੁਸੀਂ ਇਸੀ ਤਰ੍ਹਾਂ ਨੇਮ ਨਾਲ, ਉਤਸ਼ਾਹ ਨਾਲ, ਅਨੁਸ਼ਾਸਨ ਨਾਲ ਆਪਣੀ ਪੜ੍ਹਾਈ ਕਰੀ ਚਲੋ, ਤੇ ਅਗਲੇ ਵੀਡੀਓ ਤੱਕ ਲਈ ਰੱਬ ਰਾਖਾ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।